ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਰਾਮਦਵਾਲੀ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਸਰਬਜੀਤ ਵੀਰ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ ਦੇ ਵਿੱਚ ਤੁਹਾਨੂੰ 3 ਗਾਵਾਂ ਤੁਹਾਨੂੰ ਦਿਖਾਉਣੀਆਂ ਅਤੇ 2 ਚੰਗੇ ਰਿਕਾਰਡ ਵਾਲੀਆਂ ਚੰਗੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ। ਆਹ ਦੇਖ ਸਕਦੇ, ਇੱਕ ਨੀਲੀ ਦੀ ਆ ਅਤੇ ਇੱਕ ਮੋਹਰਾ ਦੀ ਆ, ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਉਣੀਆਂ ਅਤੇ 3 ਤੁਹਾਨੂੰ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਵਾਂਗੇ। ਆਹ ਦੇਖ ਸਕਦੇ, ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਕੀ ਹਾਲ ਜੋ? ਵਧੀਆ ਵਧੀਆ, ਤੁਸੀਂ ਦੱਸੋ? ਬੜੀ ਕਿਰਪਾ ਵਾਹਿਗੁਰੂ ਦੀ, ਤੁਸੀਂ ਸੁਣਾਓ? ਸਭ ਵਧੀਆ ਜੀ, ਕੰਮ ਫੇਰ ਆਏ ਜੇ ਹੁਣ ਤੇ ਪੰਜਾਬ ਤੋਂ ਬਾਹਰ ਦੇ ਪਏ ਮਾਲ ਲਿਆਉਣ। ਵਾਹਿਗੁਰੂ ਖੜਨ ਵਾਲਾ ਹਰਪ੍ਰੀਤ ਜੀ। ਅੱਛਾ, ਸੰਗਤ ਦਾ ਸੰਯੋਗ ਮਿਲਦਾ, ਠੀਕ ਆ, ਅਸੀਂ ਫਿਰ ਸੰਗਤ ਦੀ ਸੇਵਾ ਕਰਨ ਲਈ ਤਿਆਰ ਆ। ਅੱਛਾ, ਹਾਂਜੀ, ਉਦੋਂ ਦੇ ਸੀ ਨਾ ਸਟੇਟਸ ਫੋਨ ਤੁਸੀਂ, ਤੇ ਕੀ ਲਿਆਂਦਾ ਫਿਰ ਉਧਰ? ਹਰਪ੍ਰੀਤ ਜੀ, 5 ਮੱਝਾਂ ਲਿਆਏ ਹਾਂ। ਅੱਛਾ, ਹਰਿਆਣੇ ਚੋਂ? ਹਰਿਆਣੇ ਚੋਂ। ਅੱਛਾ, ਤੇ 3 ਆਪਣੀਆਂ ਵਿਕ ਗਈਆਂ। ਅੱਛਾ, ਤੁਹਾਡੇ ਨਾਲ ਤਾਂ ਗੱਲ ਹੁੰਦੀ ਰਹਿੰਦੀ ਆ। ਹਾਂਜੀ ਹਾਂਜੀ, ਤੇ 2 ਰਹਿ ਗਈਆਂ ਸੀ। ਅੱਛਾ, ਅੱਜ ਮੈਂ ਆ ਵੀ ਸੰਗਤ ਦੇ ਕਰੀਏ ਰੂਬਰੂ। ਠੀਕ ਹੈ, ਬਾਕੀ ਹੁਣ ਤਾਂ ਪਹਿਲਾਂ ਹੀ ਵੇਚਤੀਆਂ ਜੀ। ਹਰਪ੍ਰੀਤ ਜੀ, ਚੰਗੀ ਚੀਜ਼ ਨੇ ਵਿਕਣਾ ਹੀ। ਠੀਕ ਆ, ਤੁਸੀਂ ਸਟੇਟਸ ਜੋ ਪਾਤਾ ਸੀ, ਸਟੇਟਸ ਪੈ ਗਿਆ ਸੀ ਜਿਹੜੇ ਵੀਰ ਨਾਲ ਜੁੜੇ ਸੀ। ਅੱਛਾ, ਤੇ ਉਹਨਾਂ ਨੇ ਆਣ ਕੇ ਸੁਈਆਂ ਮੱਝਾਂ ਸੀ ਚਵਾ ਚਵਾ ਕੇ ਲੈ ਗਏ। ਅੱਛਾ, ਹੀਰੇ ਲਿਆਂਦੇ ਹਰਪ੍ਰੀਤ ਜੀ, ਹੀਰੇ। ਠੀਕ ਆ, ਐਰਕੇ ਤਾਈਓ ਇੰਨੇ ਦਿਨ ਪੈ ਗਏ ਕਿ ਵਿੱਚ। ਹਾਂ, ਉਹਨੇ ਉਧਰੋਂ 2 ਫੇਰੇ ਲਾਤੇ ਜੋ। ਅੱਛਾ, ਤੇ ਮਾਲ ਵਿਕਦਾ ਜਾਂਦਾ ਸੀ। ਮਾਂ ਮੱਝ ਦੀ ਜਿਹੜੀ ਹੈ ਨਾ, ਸਾਡੇ ਏਰੀਏ 'ਚ ਵੀ ਬੜੀ ਖਿੱਚ ਆ। ਹਾਂਜੀ ਹਾਂਜੀ ਹਾਂਜੀ, ਜਿਹੜੀ ਚੰਗੀ ਨਸਲ ਦੀ ਮੱਝ ਅਗਨੀ। ਹਾਂਜੀ ਹਾਂਜੀ, ਉਹ ਅੱਖਾਂ ਵਾਲਿਆਂ ਖਰੀਦਣੀ ਹੁੰਦੀ ਆ ਹਰਪ੍ਰੀਤ ਜੀ। ਠੀਕ ਆ ਜੀ, ਲੈ ਗਏ ਵੀਰ ਫਿਰ। ਚਲੋ ਕਰਮਾ ਜੀ, ਨਾਮ ਦੱਸ ਦੇ ਕਰੀ ਆਪਣਾ ਫਿਰ। ਨਾਮ ਆਪਣਾ ਸਰਬਜੀਤ ਸਿੰਘ, ਹਾਂਜੀ, ਪਿੰਡ ਆਪਣਾ ਰਾਮਦਵਾਲੀ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਗੁਰਦਾਸਪੁਰ ਚ ਪੈਂਦਾ, ਉਹ ਮੇਰੇ ਤੋਂ 8 ਕਿਲੋਮੀਟਰ ਆ। ਹਾਂਜੀ, ਮੇਰੇ ਲਾਗੇ ਆ ਸ਼ਹਿਰ ਰਮਦਾਸ ਬਾਬਾ ਬੁੱਢਾ ਸਾਹਿਬ। ਹਾਂਜੀ, ਉਹ ਪੈਂਦਾ ਅੰਮ੍ਰਿਤਸਰ ਚ, ਪਰ ਹੈਗਾ 4 ਕਿਲੋਮੀਟਰ ਆ। ਠੀਕ ਹੈ ਜੀ, ਹਾਂਜੀ, ਤੇ ਫੋਨ ਨੰਬਰ ਬੋਲ ਦੇ ਕਰੀ। ਫੋਨ ਨੰਬਰ 98-151-77-5-10। ਠੀਕ ਹੈ ਜੀ। ਇਹਨਾਂ ਕਈ ਵੀਰ ਨਾ ਮੈਨੂੰ ਹਰਪ੍ਰੀਤ ਜੀ ਸਵਾਲ ਕਰਦੇ ਹੁੰਦੇ ਆ ਮੋਗੇ ਵਾਲ ਦੇ ਸਾਈਡ ਦੇ। ਹਾਂਜੀ, ਤੇ ਵੀਰ ਜੀ ਆਪਣਾ ਏਰੀਆ ਕਿਹੜਾ? ਉਹਨਾਂ ਨੂੰ ਦੱਸਦਾ, ਨਾਮ ਹੈ ਡੇਰਾ ਬਾਬਾ ਨਾਨਕ। ਹਾਂਜੀ ਵੀਰ ਜੀ, ਏਅਰਪੋਰਟ ਰੋਡ ਹਰੇਕ ਬੰਦੇ ਨੂੰ ਪਤਾ। ਹਾਂਜੀ ਹਾਂਜੀ, ਏਅਰਪੋਰਟ ਰੋਡ ਸਿੱਧਾ ਮੇਰੇ ਘਰ ਆਉਂਦਾ, ਅੰਮ੍ਰਿਤਸਰ ਵਾਲਾ ਜਿਹੜਾ ਏਅਰਪੋਰਟ ਆ, ਜਿਸਾਂ ਅਸੀਂ ਏਅਰਪੋਰਟ ਆ ਨਾ, ਇੰਟਰਨੈਸ਼ਨਲ ਏਅਰਪੋਰਟ ਜਿਹੜਾ ਗੁਰਾਮਦਾਸ, ਉਹ ਸਿੱਧਾ ਹੀ ਰੋਡ ਆ, ਕਦੇ ਪੁੱਛਣ ਦੀ ਲੋੜ ਨਹੀਂ, ਸਿੱਧਾ ਰੋਡ ਆ। ਉਹ ਹੀ ਅਜਨਾਲੇ ਵਾਲਾ ਰੋਡ ਹੀ, ਜਿਹੜਾ ਅਜਨਾਲੇ ਤੋਂ ਗਾਹ ਉਹਨਾਂ ਰਮਦਾਸ, ਰਮਦਾਸ ਪਾਰ ਕਰਕੇ ਤੇ ਤੁਹਾਡਾ ਪਿੰਡ ਆ ਜਾਣਾ ਵਾ, ਹਨਾ, ਜਿਹੜਾ ਉਹੀ ਬਿਲਕੁਲ ਏਅਰਪੋਰਟ ਵਾਲਾ ਰੋਡ ਹੀ ਜਿਹੜਾ ਸਿੱਧਾ ਤੁਰੇ ਆਉਣਾ ਵਾ। ਜੇ ਕਿਸੇ ਨੇ ਗੁਰਦਾਸਪੁਰ ਵੱਲੋਂ ਆਉਣਾ, ਕਲਾਨੌਰ ਵਾਲਾ ਰੋਡ ਥਾਨੀ ਆਵੇ। ਹਾਂਜੀ, ਉਹ ਬਿਲਕੁਲ ਕਲਾਨੌਰ, ਕਲਾਨੌਰ ਵਾਲਾ ਰੋਡ ਜਿਹੜਾ ਵਾ ਸਿੱਧਾ ਹੀ, ਹਨਾ। ਠੀਕ ਹੈ ਜੀ, ਤੇ ਕਰੀਏ ਫਿਰ ਸ਼ੁਰੂ, ਹਨਾ। ਸ਼ੁਰੂਆਤ ਆਪਾਂ ਜਿਹੜੀ ਆ, ਪਹਿਲੇ ਨੰਬਰ ਤੇ ਝੋਟੀ ਕਾਫੀ ਖੂਬਸੂਰਤ ਆ, ਤੇ ਇਹਦੇ ਮਗਰ ਕੱਟੀ ਵੀ ਇਹੋ ਜਿਹੀ ਆ ਗਈ ਵੀਰ ਜੀ। ਫਿਰ ਹਰਪ੍ਰੀਤ ਜੀ, ਹਰਿਆਣੇ ਦੀ ਮੈਂ ਆ। ਅੱਛਾ, ਠੀਕ ਆ, ਤਾਂ ਦੂਜਾ ਸੂਬਾ ਆ। ਅੱਛਾ, ਇਹ ਨਹੀਂ ਵੀ ਚੌਥਾ ਸੂਬਾ ਹੋਊਗੀ ਤੇ ਦੂਜਾ ਆਖਾਂਗੇ। ਅੱਛਾ, ਦੂਜਾ ਤਾਂ ਦੂਜਾ ਹੀ ਆਖੂੰਗਾ। ਠੀਕ ਆ, ਦੂਜਾ ਸੂਬਾ ਆ ਤਾਂ ਕਿਸੇ ਨੇ ਮੈਂ ਸਾਂਭ ਛੜੀ ਆ। ਸਾਂਭ ਦੇ ਤੇ ਤੁਹਾਨੂੰ ਪਤਾ ਉਧਰ ਫਿਰ ਹਰਪ੍ਰੀਤ ਜੀ, ਫਿਰ ਤੁਹਾਨੂੰ ਪਤਾ ਜਿਹਨੇ ਬਰੀਡਾਂ ਫਿਰ ਉਹਨਾਂ ਸਾਂਭਣੀਆਂ ਤੇ ਪੈਸੇ ਵੀ ਵੱਟਦੇ ਆ। ਹਾਂਜੀ ਹਾਂਜੀ ਹਾਂਜੀ, ਫੁੱਲ ਬਰੀਡ ਦੇ ਵਿੱਚ ਚੰਗੀ ਚੀਜ਼ ਦਾ ਫਿਰ ਮੁੱਲ ਵੀ ਜਿਹੜਾ ਚੰਗਾ ਹੀ ਲੱਗਣਾ ਵਾ। ਹਾਂਜੀ ਹਾਂਜੀ, ਤੇ ਥਾਣੇ ਤੇ ਤੁਹਾਨੂੰ ਲਾਗੇ ਤੇ ਦਿਖਾ ਦਈਏ ਇੱਕ ਵਾਰੀ। ਆਹ ਦੇਖ ਸਕਦੇ, ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਵਾ। ਬਾਕੀ ਇਹੋ ਜਿਹੀਆਂ ਝੋਟੀਆਂ ਤਿਆਰ ਕਰਨ ਤੇ ਵੀ ਖਰਚਾ ਜਿਹੜਾ ਵਾ ਵਾਵਾ ਆ ਜਾਂਦਾ ਵਾ। ਤੇ ਕਿੰਨਾ ਚਿਰ ਹੋਇਆ ਸੋਈ ਨਾ ਹਰਪ੍ਰੀਤ ਜੀ? ਅੱਜ ਪ੍ਰੋਪਰ ਤਜਾ ਦੇਣਿਆ। ਅੱਛਾ, ਜਦੋਂ ਅਸੀਂ ਮਾਲ ਲੈ ਕੇ ਆਏ ਹਾਂ ਉਦਣ ਹੀ ਸ਼ਾਮਾਂ ਨੂੰ ਆਣ ਕੇ ਸਾਡੇ ਕੋਲ ਸੂਪ ਹੀ ਦਿਖਾਵਟ ਕਰਕੇ। ਅੱਛਾ, ਠੀਕ ਆ, ਠੀਕ ਹੈ, ਤਜਾ ਦੇਣ ਜੋ। ਹਾਂ, ਦੇਖ ਸਕਦੇ, ਨਾੜੂ ਨਾਲ ਗਿੱਲਾ ਹੀ ਆ, ਗਿੱਲਾ ਨਾੜੂ ਆ। ਠੀਕ ਹੈ ਜੀ, ਤੀਸਰਾ ਦੇਣ ਜੋ ਤਾਂ 10 ਲੀਟਰ ਸਟਾਰਟਿੰਗ ਕੀਤੀ ਬੋਲੇ ਤੋਂ ਮੈਂ। ਅੱਛਾ, 10 ਲੀਟਰ ਸਟਾਰਟਿੰਗ, 10 ਲੀਟਰ ਦੀ ਸਟਾਰਟਿੰਗ ਆ, 17-18 ਲੀਟਰ ਦੁੱਧ ਚੋਣਾ ਆ ਮੈਂ। ਅੱਛਾ, ਉਹ ਵੀ ਹੱਸ ਕੇ। ਠੀਕ ਆ, ਹਾਂਜੀ, ਲਿਆ ਖੋਲੋ ਹਾਂ ਫਿਰ ਤੋਰੀਏ। ਚੰਗੀ ਕਰਤੂਤ ਹੈ ਹਰਪ੍ਰੀਤ, ਪੂਰੀ ਸੋਹਣੀ ਝੋਟੀ ਆ ਜਿਹੜੀ, ਚੰਗੀ ਸਾਂਭੀ ਸੁੰਭੀ ਆ, ਪੂਰੀ ਰਾਜੀ ਝੋਟੀ ਆ। ਅਜੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਆਪਣਾ ਵਾ 11 ਵਜੇ ਦਾ ਟਾਈਮ ਹੈ ਜੀ, 4 ਵਜੇ ਦੀ ਚਵਾਈ ਹੋਈ ਆ ਸਵਾਰੀ। ਅੱਛਾ, 4 ਵਜੇ ਦੇ ਵੀਰ ਜੀ ਨੇ ਕਹਿੰਦੇ ਕਿ ਚਵਾਈ ਜਿਹੜੀ ਸਵੇਰ ਦੀ ਕੀਤੀ ਆ, ਕੋਈ ਵੀਰ ਉਸ ਹਿਸਾਬ ਨਾਲ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ। ਪਿੱਠ ਬੜੇ ਤੋਂ ਦੇਖ ਸਕਦੇ ਪੂਰੀ ਭਲਵਾਨਾਂ ਵਰਗੀ ਚਾਲ ਆ ਜਿਹੜੀ ਇਹਦੀ। ਬਾਕੀ ਚੰਗੀ ਚੀਜ਼ ਆਪ ਹੀ ਮੂੰਹੋਂ ਦੱਸਦੇ ਪਸ਼ੂ ਜਿਹੜੇ, ਆਹ ਦੇਖ ਸਕਦੇ ਜੀ, ਕੋਈ ਮੱਝ ਥਣਾ 'ਚ ਨਹੀਂ ਹੈ, ਕੋਈ ਕੁਝ ਨਹੀਂ ਹੈ, ਚੰਗੀ ਸਾਂਭੀ ਹੈ ਕਿਸੇ ਵੀਰ ਨੇ ਰੀਝ ਨਾਲ। ਆ ਜਾ ਲੈ ਆਓ ਵੀਰ ਜੀ। ਹਰਪ੍ਰੀਤ ਜੀ, ਪੂਰੇ 4 ਵਜੇ ਦੀ ਚਵਾਈ ਆ, ਸ਼ਾਮਾਂ ਨੂੰ 4 ਵਜੇ ਕੋਈ ਚੋਲੇ ਆਣ ਕੇ। ਅੱਛਾ, 5-6 ਲੀਟਰਾਂ ਦੀ ਇਹਦੀ ਇੱਕ ਟੰਗ ਦੀ ਚਵਾਈ ਹੋਊਗੀ। ਠੀਕ ਆ, ਹਾਂਜੀ, 5-6 ਲੀਟਰ ਦੁੱਧ ਵੀਰ ਜੀ ਨੇ ਕਹਿੰਦੇ ਕਿ ਸ਼ਾਮ ਨੂੰ ਜਿਹੜਾ 4 ਵਜੇ ਚਵਾ ਦੂਗੀ, ਬਾਕੀ ਕੋਈ ਸਵੇਰੇ ਫਿਰ ਚੋਲੇ ਆਣ ਕੇ। ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ, ਵੀਡੀਓ ਕਾਲ 'ਤੇ ਜ਼ਰੂਰ 2 ਟਾਈਮ ਚਵਾ ਲਏ।
ਤੇ ਪੂਰੇ ਸਰੀਰ ਤੇ ਜਿਹੜੀਆਂ ਬਰੀਕ ਬਰੀਕ ਨਾੜਾਂ ਜਿਹੜੀਆਂ ਇਹਦੀਆਂ ਕਾਫੀ ਸੋਹਣੀਆਂ ਵਾ ਤੇ ਥਣਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਵਾ ਮੁੱਲ ਵੀ ਹੁਣ ਇਹਦਾ ਆਪਾਂ ਪੁੱਛ ਲੈਂਦੇ ਤੇ ਦੱਸੀਏ ਵੀਰ ਜੀ ਫਿਰ ਮੁੱਲ ਇਹਦਾ ਆਪਾਂ ਹਰ ਬਰੀਕ ਜੀ ਜਿੱਦਾਂ ਦੀ ਤੇ ਮੈਂ ਆ ਤੇ ਜਿੰਨੀ ਕਰਤੂਤ ਆ ਹਾਂਜੀ ਵੇਖੋ ਐਚ ਐਫ ਗਾਵਾਂ ਵਾਂਗੂ ਮਾਰਨਾ ਕਿੱਥੇ ਚੜਿਆ ਹਾਂਜੀ ਹਾਂਜੀ ਠੀਕ ਆ ਹਾਂਜੀ ਹਰ ਬਰੀਕ ਜੀ ਮੱਝ ਦਾ ਜਿਹੜਾ ਅਸਲ ਹੱਕ ਆ ਅਗਣੀ 1.5 ਲੱਖ ਰੁਪਈਆ ਆ ਅੱਛਾ ਅੱਖਾਂ ਮੀਟ ਕੇ 1.5 ਲੱਖ ਦੀ ਖੜਨ ਵਾਲੀ ਮੱਝ ਆ ਅੱਛਾ ਤੇ ਜੇ ਕਹਿੰਦੇ ਅੱਖਾਂ ਖੋਲ ਕੇ ਖੜਨੀ ਆ ਨਾ ਅੱਛਾ ਹਰ ਬਰੀਕ ਜੀ 30,000 ਰੈਤ ਦੇ ਦੇਣੀ ਮਾਰਕੀਟ ਨੂੰ ਅੱਛਾ ਹਾਂਜੀ 30,000 ਹੀ ਰੈਤ 30,000 ਮਾਰਕੀਟ ਨੂੰ ਰੈਤ ਦੇ ਦੇਣੀ ਆ ਤਾਂ ਦੀਵਾਲੀ ਆਉਂਦੀ ਆ ਅੱਛਾ ਜੇ ਮੈਂ ਦੀਵਾਲੀ ਤੇ ਮੱਝ ਲੈ ਜਾਂਦਾ 1.5 ਲੱਖ ਦੀ ਵੇਚ ਕੇ ਆਵਾਂ ਅੱਛਾ ਹਾਂਜੀ ਤੇ ਤੁਸੀਂ ਘਰੇ ਕਿੰਨੇ ਦੇ ਵੇਚ ਦੇਣੀ ਜੇ ਹਰ ਬਰੀਕ ਜੀ 30,000 ਮਾਰਕੀਟ ਨੂੰ ਰੈਤ ਦੇਣੀ ਆ 1-20 ਦੀ ਇੱਕ 20 ਦੀ ਮੱਝ ਦੇ ਦਿਆਂਗੇ ਅੱਛਾ ਹਾਂਜੀ ਵਿੱਚ ਹੋਰ ਕਰਨਾ ਮੰਤਨ ਕਰਾਂਗੇ ਯਾਰ ਤੇਜੀ ਮਾਨ ਦੀਵਾਲੀ ਆਉਂਦੀ ਆ ਕਰੀਏ ਕੁਛ ਮਾਨ ਕਿੰਨਾ ਕਰੀਏ ਜਿੰਨਾ ਤੁਸੀਂ ਆਖੋਗੇ ਕਰ ਦੋਗੇ ਹਾਂ ਜਿੰਨਾ ਤੁਸੀਂ ਆਖੋਗੇ ਕਰ ਦਾਂਗੇ ਦਾ ਦੋਗੇ 10,000 ਹੀ 10,000 ਯਾਰ ਬ੍ਰਿਜ ਜੀ ਡਾ ਦਾਂਗੇ ਦੀਵਾਲੀ ਆਉਂਦੀ ਆ ਵੀਰਾਂ ਦੀ ਇਹ ਕਿਹੜੀ ਗੱਲ ਆ ਅੱਛਾ ਹਾਂ 1-10 ਦੀ ਦੇ ਦਾਂਗੇ ਯਾਰ ਬ੍ਰਿਜ ਜੀ 5,000 ਹੋਰ ਕਰ ਦੋਗੇ ਕਰ ਦਾਂਗੇ ਜੇ ਤੁਸੀਂ ਕਹਿਤਾ ਤਾਂ ਤੁਹਾਡੀ ਨਹੀਂ ਮੋੜਨੀ ਆ ਅੱਛਾ ਅਜੇ 1-5 ਦੀ ਮੱਝ ਦੇ ਦਾਂਗੇ ਠੀਕ ਆ ਹਾਂਜੀ ਹੁਣ ਆਪਣੀ ਖੁਸ਼ੀ ਨਾ ਕਰ ਦੋ ਹਰ ਬ੍ਰਿਜ ਜੀ 5 ਹੀ ਹੋਰ ਛੱਡ ਦਾਂਗੇ ਅੱਛਾ ਪਰ 1,00,000 ਚ ਰੁਪਈਆ 100 ਛੋਟ ਕਰਾਂਗਾ ਅੱਛਾ ਪਰ ਹਰਪ੍ਰੀਤ ਜੀ ਆਉਂਦੀ ਨਹੀਂ ਠੀਕ ਹੈ 1,00,000 ਦੀ ਹੱਕ ਹੈ ਮੱਝ ਦਾ ਜਾਤਕਾ ਤੇ ਝੋਟੀ ਜਿਹੜੀ ਪੂਰੀ ਸੋਹਣੀ ਆ ਤੇ ਬਾਕੀ ਕਮਾਲ ਦੀ ਗੱਲ ਇਹ ਮਗਰ ਵੀ ਕੱਟੀ ਆ 1,00,000 ਰੁਪਏ ਦੀ ਦੇ ਦਾਂਗੇ ਹਰਪ੍ਰੀਤ ਜੀ 1,00,000 ਰੁਪਈਆ ਤੇ ਵੀਰ ਜੀ ਹੁਣ ਕਹਿੰਦੇ ਕਿ ਦੇ ਦੇਵਾਂਗੇ ਝੋਟੀ ਦੇਖ ਸਕਦੇ ਜੇ ਕਰੀ ਪੂਰੀ ਸੋਹਣੀ ਝੋਟੀ ਆ ਤੇ ਹੁਣ ਜਿਹੜੀ ਤੁਹਾਨੂੰ ਦੂਸਰੇ ਨੰਬਰ ਤੇ ਨੀਲੀ ਦੀ ਝੋਟੀ ਇੱਕ ਤੁਹਾਨੂੰ ਦਿਖਾਉਣੀ ਆ ਇਹ ਵੀ ਪੂਰੀ ਕਮਾਲ ਹੀ ਆ ਜਿਹੜੀ ਇਹ ਤੇ ਐਚਐਫ ਗਾਵਾਂ ਵਾਂਗੂ ਵੇਖੋ ਤਿਆਰ ਹੋਣ ਦੀ ਹੈ ਇਹ ਤੇ ਵੀ ਜੇ ਤੋਂ ਵੀ ਗਾਂ ਦੀ ਗੱਲ ਆ ਗਈ ਜੀ ਫਿਰ ਹਰਪ੍ਰੀਤ ਜੀ ਤੁਹਾਨੂੰ ਕਿਹਾ ਸੀ ਤੇ ਚੀਜ਼ ਹੀਰਾ ਲਿਆਉਣੀ ਆ ਅੱਛਾ ਤਾਂ ਲਿਆਉਣਾ ਵਾਕਈ ਹੀਰਾ ਠੀਕ ਆ ਜੀ ਹਾਂਜੀ ਹੀਰੇ ਨੇ ਕਿੰਨੇ ਕੱਢਨੇ ਆ ਕੇ ਹਾਂਜੀ 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 ਠੀਕ ਆ ਅੱਗੇ ਸਾਨੂੰ ਕਈ ਵਾਰੀ ਕਈ ਵੀਰ ਪੁੱਛਦੇ ਹੁੰਦੇ ਕਿ ਉਹਨਾਂ ਦੀ ਵੀਡੀਓ ਕਦੋਂ ਪਾਉਣੀ ਜਿਹੜੇ ਹੀਰੇ ਨੇ ਕਿੰਨੇ ਲੱਭ ਕੇ ਲਿਆਉਂਦੇ ਆ ਜੀ ਲਿਆਉਣੇ ਹੀ ਰਿਆ ਤਾਂ ਠੀਕ ਆ ਜੀ ਹੀਰੇ ਵੇਚਣ ਦੇ ਆ ਠੀਕ ਚਲੋ ਤੇ ਇਹਦਾ ਵੀ ਇੱਕ ਵਾਰੀ ਹਵਾਨਾ ਦੇਖ ਸਕਦੇ ਜੇ ਬਿਲਕੁਲ ਪਿੱਛੇ ਤੋਂ ਸ਼ੁਰੂ ਹੋ ਗਏ ਤੇ ਗਾਂ ਤੱਕ ਜਿਹੜਾ ਐਚਐਫ ਗਾਵਾਂ ਵਾਂਗੂ ਹਵਾਨਾ ਜਿਹੜਾ ਇਹ ਭਰਨ ਦੀ ਆ ਚੰਗਾ ਹਵਾਨਾ ਭਰਨ ਦੀ ਆ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਤੇ ਇਹ ਵੀ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ ਹਰਪ੍ਰੀਤ ਜੀ ਦੋਵੇਂ ਮੈਂ ਉਧਰ ਦੀਆਂ ਅੱਛਾ 17-18 ਲੀਟਰ ਇਹਨਾਂ ਨੂੰ ਦੁੱਧ ਕੁਛ ਵੀ ਨਹੀਂ ਆਂਦਾ ਅੱਛਾ ਉਹ ਮੋਹਰਾ ਦੇ ਵਿੱਚ ਫੁੱਲ ਬਰੀਡ ਆ ਅੱਛਾ ਇਹ ਨੀਲੀ ਰਾਵੀ ਦੇ ਵਿੱਚ ਫੁੱਲ ਬਰੀਡ ਆ ਅੱਛਾ ਕੰਮ ਬਰੀਡ ਨੇ ਦੁੱਧ ਦੇਣਾ ਬਰੀਡ ਨੇ ਹਾਂਜੀ ਹਾਂਜੀ ਬਰੀਡਾਂ ਦੁੱਧ ਦੇਣਗੀਆਂ ਹਰਪ੍ਰੀਤ ਜੀ ਠੀਕ ਹੈ ਜੀ ਹਾਂਜੀ ਲਿਆ ਤੋਰੀਆਂ ਫਿਰ ਇਹਨੂੰ ਵੀ ਇੱਕ ਵਾਰੀ ਬਾਕੀ ਬੜੇ ਕਮਾਲ ਦੀ ਝੋਟੀ ਤਿਆਰ ਹੁੰਦੀ ਹੈ ਵੀ ਕਿੰਨਾ ਕੁ ਤੇਰਾ ਟਾਈਮ ਲੈ ਜਾਊਗੀ ਵੀਰ ਜੀ ਹਲੇ ਹਰਪ੍ਰੀਤ ਜੀ ਦੇਣੇ ਨੇ 4-5 ਲੈ ਜਾਣੇ ਆ 4-5 ਦਿਨਾਂ ਤੱਕ ਤੇ ਪੂਰੀ ਤਿਆਰ ਹੋ ਜੂਗੀ ਫਿਰ ਤੇ ਮੈਂ ਕਿਤੇ ਗਾਂ ਬਾਨੀ ਆ ਮੱਝ ਕਿਤੇ ਗਾਵਾਂ ਵਾਂਗੂ ਤੇ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਜੇ ਪੇਠੇ ਪੁੜਾ ਇਹਦਾ ਵੀ ਜਿਹੜਾ ਪੂਰਾ ਚੜਾਈ ਚ ਆ ਪੂਰੇ ਹੈਵੀ ਬੋਡੀ ਵੇਟ ਵਾਲੀ ਝੋਟੀ ਆ ਜਿਹੜੀ ਇਹ ਵੀ ਹਰਪ੍ਰੀਤ ਜੀ ਜਾਦ ਆ ਫੁੱਲ ਜਾਤਾਂ ਨੇ ਜਿਹਨੂੰ ਅਜੇ ਕੋਈ ਥਣਾ ਚ ਦੁੱਧ ਨਹੀਂ ਪਾਇਆ ਆ ਦੇਖ ਸਕਦੇ ਅਜੇ ਹਵਾਨਾ ਭਰਨਾ ਆ ਇਹਨੇ ਪੂਰਾ ਹੋਰ ਤੇ ਬਿਲਕੁਲ ਠੰਡੀਆਂ ਧੀਰੀਆਂ ਵਾ ਕੋਈ ਕਾਲੀਆਂ ਨਹੀਂ ਪੈਂਦੀਆਂ ਕੋਈ ਕੁਝ ਨਹੀਂ ਬਾਕੀ ਜਿੱਥੇ ਮਰਜ਼ੀ ਖਿਲਾਰ ਲਓ ਮੱਝ ਨੂੰ ਵੇਖੋ ਜਾਤ ਬਾਕੀ ਜਿਹੋ ਜਿਹੀ ਚੀਜ਼ ਆ ਉਹੋ ਜਿਹੜਾ ਮੁੱਲ ਹੋ ਜਾਂਦਾ ਆ ਦੇਖ ਸਕਦੇ ਜੀ ਪੂਰੇ ਕਮਾਲ ਦੀ ਤਿਆਰ ਹੁੰਦੀ ਥੱਲੇ ਬੰਦ ਵੀ ਜੀ ਇਹਨੂੰ ਥੱਲੇ ਗਾਵਾਂ ਵੀ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਗਾਵਾਂ ਸਾਰੀਆਂ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ ਪਿੱਛੇ ਵੀ ਥਣਾਂ ਦਾ ਸਾਈਜ਼ ਗੈਪ ਦੇਖ ਸਕਦੇ ਜੀ ਅਤੇ ਇਹਦਾ ਵੀ ਵੀਰ ਜੀ ਮੁੱਲ ਫਿਰ ਦੱਸ ਦਈਏ ਆਪਾਂ ਹਰਪ੍ਰੀਤ ਜੀ ਹਕੀਕਤ ਦੇ ਵਿੱਚ 100% ਇਹ ਮੱਝ 1.5 ਲੱਖ ਰੁਪਈਏ ਦੀ ਹੱਸ ਕੇ ਵੇਚਦੀ ਆ ਅੱਛਾ ਪਰ ਤੁਹਾਨੂੰ ਪਹਿਲਾਂ ਵੀ ਕਹਿ ਛੱਡਿਆ ਤਾਂ ਮਹਾਰਾਜ ਕਹਿੰਦਾ ਥੋੜਾ ਥੋੜਾ ਖਾ ਜ਼ਿਆਦਾ ਦਊਂ ਅੱਛਾ ਇਸ ਕਰਕੇ ਹਰਪ੍ਰੀਤ ਜੀ ਖੇਚਲ ਬੜੀ ਆ ਹਾਂਜੀ ਅੱਗੇ ਮਾਰਜਨ 2,000 ਸੀ ਆਪਣੇ ਇੱਧਰ ਦਾ ਅੱਛਾ ਪਰ ਹੁਣ ਖੇਚਲ ਬੜੀ ਪਈ ਆ 5,000 ਮਾਰਜਨ ਨਾਲ ਮੱਝ ਦੇ ਦੇਣੀ ਆ ਅੱਛਾ ਹਾਂਜੀ ਠੀਕ ਆ ਕਿੰਨੇ ਦੀ ਦੇਣੀ ਆ ਹਰਪ੍ਰੀਤ ਜੀ 1.5 ਲੱਖ ਹੀ ਇਹਦਾ ਮੁੱਲ ਆ ਹਰਪ੍ਰੀਤ ਅੱਛਾ ਇਹਦਾ 1.5 ਲੱਖ ਮੁੱਲ ਆ ਵਿੱਚ 1-20 ਦੀ ਮੱਝ ਦੇਣੀ ਆ ਅੱਛਾ ਪੂਰੇ 1-20 ਦੀ 1-20 ਦੀ ਦੇਣੀ ਆ ਵਿੱਚੋਂ ਕੁਛ ਕਰ ਦਈਏ ਮਾਨਤਨ ਹੋਰ ਕਰ ਦਾਂਗੇ ਦੀਵਾਲੀ ਦੇਈ ਹੁਣ ਕੋਈ ਨਹੀਂ ਕਰੀਏ ਕੁਛ ਮਾਨ ਜ਼ਰੂਰ ਕਰਾਂਗੇ ਕਰ ਦਈਏ 5,000 ਹੀ 5 ਹੀ ਛੱਡ ਦਾਂਗੇ ਹਰਪ੍ਰੀਤ ਜੀ ਅੱਛਾ 1-15 ਦੀ ਦੇ ਦਾਂਗੇ 1-15 ਦੀ ਹਾਂਜੀ ਹੋਰ ਕਰ ਦੋਗੇ ਮਾਨ ਕਰਾਂਗੇ ਹਰਪ੍ਰੀਤ ਜੀ ਕਰਨਾ ਕਿਉਂ ਨਹੀਂ ਗੱਡੀ ਨਹੀਂ ਮੋੜਨੀ ਕਿੰਨਾ ਕਰ ਦੋਗੇ 5 ਹੋਰ ਛੱਡ ਦੂੰ ਹਰਪ੍ਰੀਤ ਜੀ ਅੱਛਾ 1,10,000 ਦੀ ਮੱਝ ਦੇ ਦੂੰ ਅੱਛਾ 18 ਲੀਟਰ ਵਾਲੀ ਔਰ ਪਿਓਰ ਦੁੱਜਾ ਸੂਆ ਪਿਓਰ ਤੇ ਪਿਓਰ ਨੀਲੀ ਦੀ ਪਿਓਰ ਨੀਲੀ ਰਾਵੀ ਦੀ ਹਾਂ ਦੇਖ ਸਕਦੇ ਦੇਖੋ ਐਚਐਫ ਗਾਵਾਂ
ਤੇ ਬਾਕੀ 8 ਦਿਨ ਨਹੀਂ ਸੁਣਦੀ ਇੱਥੇ ਲੱਗਣੀ ਮੱਝ ਠੀਕ ਹੈ ਜੀ ਹਾਂ 5 ਲੈ ਜੇ 6 ਲੈ ਜੇ ਵੇਖੋ ਪੁੜਾ ਵੀ ਕੋਈ ਨਹੀਂ ਸੁਟਿਆ ਹਾਂ ਦੇਖ ਸਕਦੇ ਇੱਥੇ ਲੱਗਣੀ ਮੱਝ ਪੂਰਾ ਹਵਾਨਾ ਗਾਵਾ ਮੰਗਦੇ ਹੀ ਤਿਆਰ ਕਰਨ 1,10,000 ਦੀ ਨੀਲੀ ਦਾ 20,000 ਰੁਪਏ ਜੀ ਦੇ ਦੇਾਂਗੇ ਠੀਕ ਹੈ ਜੀ ਹਾਂਜੀ ਪੂਰੇ ਕਮਾਲ ਦੀ ਝੋਟੀ ਹੈ ਜਿਹੜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਪਹਿਲੇ ਨੰਬਰ ਤੇ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਹੈ ਪੰਜਾਬ ਵਾਲੀ ਜਰਸੀ ਆ ਸਾਂਭੀ ਸੁੰਭੀ ਚੰਗੀ ਹੈ ਚੰਗੇ ਬੋਡੀ ਵੇਟ ਵਾਲੀ ਹੈ ਜਿਹੜੀ ਚੰਗੀ ਤਿਆਰ ਹੁੰਦੀ ਹੈ ਵੀ ਥੱਲੇ ਦੇਖੋ ਇਹਦੇ ਚ ਢਿੱਲ ਹਰਪ੍ਰੀਤ ਜੀ ਆ ਦੇਖ ਸਕਦੇ ਜੀ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਇਹਦਾ ਵੀ ਜੀ ਕਿੰਨਾ ਸੂਆ ਜੀ ਹਰਪ੍ਰੀਤ ਜੀ ਦੂਜੇ ਸੂਏ ਸੁਣਾ ਆ ਆ ਦੇਖ ਸਕਦੇ ਫੁੱਟ ਗਾਣੂ ਆ ਤਾਂ ਫੁੱਟ ਫੁੱਟ ਡੇਢ ਡੇਢ ਫੁੱਟ ਪਛਾਣ ਨੂੰ ਬੰਨੀ ਆ ਠੀਕ ਹੈ ਜੀ ਐਨੀ ਐਨੀ ਢਿੱਲ ਆ ਤੇ ਵੇਖੋ ਠੰਡੀਆਂ ਭਾਵੇਂ ਮੰਜੀਆਂ ਪੀੜੀਆਂ ਲਿਆ ਕੇ ਚੋਣ ਠੀਕ ਹੈ ਜੀ ਥੱਬਾ ਲਾ ਦੂ ਜਿੱਦਣ ਬਣ ਗਈ ਨਾ ਥੱਬਾ ਲਾ ਦੂ ਹਲੇ ਤੁਰਨੀ ਤੰਗ ਹੋ ਜਾਣੀ ਆ ਮਤਲਬ ਮਾਲ ਸਾਰਾ ਮੰਡੀ ਵਾਲਾ ਹੀ ਆ ਗਿਆ ਅੱਜ ਹਰਪ੍ਰੀਤ ਜੀ ਮਾੜੀ ਚੀਜ਼ ਨਹੀਂ ਲਿਆਉਣੀ ਅੱਛਾ ਚੰਗੀ ਚੀਜ਼ ਲਿਆ ਕੇ ਦੇਣੀ ਆ ਚੰਗੀ ਚੀਜ਼ ਲਿਆਉਣੀ ਪਾ ਚ ਖੁਸ਼ ਰਵੇ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਚਵਾ ਜੂਗੀ ਇਹ ਹਰਪ੍ਰੀਤ ਜੀ ਜੇ ਇਹੋ ਜਿਹੇ ਜਲਸੀ ਨੇ 18 20 ਲੀਟਰ ਨਾ ਚਵਾਇਆ ਅੱਛਾ ਤੇ ਫਿਰ ਕਿਹੋ ਜੀਆਂ ਨੇ ਚੋਣਾ ਠੀਕ ਆ ਪੰਜਾਬ ਵਾਲੀ ਜਲਸੀ ਪੂਰਾ ਕੱਦ ਵਜਣਿਆ ਦੇ ਹਾਂਜੀ 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 ਲਿਆ ਤੋਰ ਦੀਏ ਫਿਰ ਇਹਨਾਂ ਨੂੰ ਇੱਕ ਹਾਂਜੀ ਤੋਰ ਦਨੇ ਹਰਪ੍ਰੀਤ ਜੀ ਪੰਜਾਬ ਵਾਲੀ ਜਰਸੀ ਆ ਤੇ ਚੰਗੇ ਕੱਦ ਵਜਣ ਵਾਲੀ ਆ ਜਿਹੜੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠੇ ਦਾ ਠੀਕ ਆ ਤੇ ਉਸ ਤਰ੍ਹਾਂ ਬੋਡੀ ਵੇਟ ਵੀ ਠੀਕ ਆ ਇਹਦਾ ਹਾਂ ਦੇਖ ਸਾ ਮਾੜਾ ਜਿਹਾ ਕਟਾ ਨਾ ਚੜਾ ਦੇ ਓਏ ਵੇਖੀ ਉਹ ਪਸਮ ਜਾਣੀ ਫਿਰ ਹਾਂ ਦੇਖ ਸਕਦੇ ਜੀ ਹਰਪ੍ਰੀਤ ਜੀ ਥੱਲਿਓਂ ਕਾਫੀ ਕਮਾਲ ਦੀ ਤਿਆਰ ਹੁੰਦੀ ਆ ਵੇਖੋ ਸਿਰ ਤੇ ਬੋਦੀ ਠੀਕ ਆ ਗੱਲ ਹੁੰਦੀ ਆ ਬਰੀਡ ਦੀ ਹਾਂਜੀ ਹਾਂਜੀ ਵੇਖੋ ਡੇਲਾ ਦਾ ਵੇਖੋ ਬਰੀਡ ਜਿਹਨੂੰ ਫੁੱਲ ਤੋਂ ਫੁੱਲ ਬਰੀਡ ਦੇ ਵਿੱਚ ਆ ਵੱਛੀ ਠੀਕ ਆ ਜੀ ਹਾਂਜੀ ਲੈ ਜਿਓ ਜੀ ਬੰਨ ਦਿਓ ਜੀ ਅਜੇ ਇਹਨੇ ਪੂਰਾ ਹਵਾਨਾ ਭਰਨਾ ਸੂਨ ਤੱਕਰ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀਆਂ ਪਸੰਦ ਕਰਕੇ ਅੱਖੀ ਵੇਖ ਚਾਹ ਕੇ ਖੜੇ ਤੇ ਇਹਦਾ ਵੀਰ ਜੀ ਜਾਇਜ਼ ਜਿਹਾ ਕਰੀਏ ਫਿਰ ਮੁੱਲ ਹਰਪ੍ਰੀਤ ਜੀ ਜਿੱਦਾਂ ਦਾ ਗਾਂ ਦੀ ਖਿੱਚ ਆ ਹਾਂਜੀ ਉਸ ਹਿਸਾਬ ਨਾਲ ਤਾਂ ਗਾਂ 65,000 ਦੀ ਆ ਅੱਛਾ ਪਰ ਨਹੀਂ ਕਿੰਨੇ ਮਹਾਰਾਜ ਹੁਕਮ ਨਹੀਂ ਕਰਦਾ ਤੁਹਾਡੇ ਅੱਡੇ ਤੇ ਕਿੰਨੇ ਦੀ ਆ ਦੇ ਦਾਂਗੇ ਜਿੰਨੇ ਦੀ ਤੁਸੀਂ ਆਖੋਗੇ ਕਿਹੜੀ ਗੱਲ ਹੋ ਗਈ ਹਰਪ੍ਰੀਤ ਜੀ ਕਿੰਨੇ ਦੀ ਦੇ ਦੋਗੇ ਜਿੰਨੇ ਦੀ ਤੁਸੀਂ ਆਖ ਦੋਗੇ ਦੇ ਦਾਂਗੇ ਕਿਹੜੀ ਗੱਲ ਆ ਜਾਇਜ਼ ਜਿਹਾ ਕਰ ਦੋ ਫਿਰ ਕਿੰਨਾ ਕਰੀਏ ਤੁਸੀਂ ਦੱਸੋ ਮੈਂ ਮਾਰਕੀਟ ਨਾਲੋਂ ਕਰ ਦੋ ਰਿਆਤ ਹੀ ਹਰਪ੍ਰੀਤ ਜੀ 50,000 ਦੀ ਦੇ ਦਾਂਗੇ ਅੱਛਾ 50,000 ਦੀ ਦੇ ਦਾਂਗੇ ਪਰ ਆਉਂਦੀ ਨਹੀਂ ਐਵੇਂ ਤੁਹਾਨੂੰ ਮੈਂ ਕਹਿ ਛੜਾਂ ਅੱਛਾ ਦੇ ਦਾਂਗੇ 50,000 ਦੀ ਚਲੋ ਕਰ ਦਿਓ ਮਾਨਤਾ ਨਾ ਹੋਰ ਕਰ ਦਈਏ ਕਰ ਦਿਓ ਆਪਣੀ ਖੁਸ਼ੀ ਨਾਲ ਕਰ ਦਿਓ ਚਲੋ 3,000 ਹੋਰ ਛੱਡ ਦਾਂਗੇ 3 ਹੀ ਛੱਡਣਾ ਜੀ 47 ਦੀ 47 ਦੀ ਹਾਂਜੀ ਤੇ ਦੋ ਹੋਰ ਛੱਡ ਦਈਏ ਪੂਰੇ 45 ਦੀ ਚਲੋ ਹਰਪ੍ਰੀਤ ਜੀ ਤੁਸੀਂ ਕਹਿਤਾ ਤੇ ਤੁਹਾਡੀ ਥੋੜਾ ਮੋੜ ਦੇਣੀ ਆ ਠੀਕ ਆ 45,000 ਦੀ ਵੈੜ ਦੇ ਦਾਂਗਾ ਦੀਵਾਲੀ ਤੇ ਹੀ ਆਉਣਾ ਨਹੀਂ ਅੱਛਾ ਪਰ ਦੇ ਦੇਣੀ ਆ ਚਲੋ ਮੌਕੇ ਤੇ ਹੋਰ ਕਰ ਦਿਓ ਥੋੜਾ ਬਾਤਾਂ ਫੁੱਟ ਫੁੱਟ ਪਛਾਣ ਨੂੰ ਆਉਣੀ ਆ ਫੁੱਟ ਫੁੱਟ ਕਿੱਥੇ ਆਉਂਦੀਆਂ ਹਰਪ੍ਰੀਤ ਜੀ ਨਿਆਣਿਆਂ ਦੇ ਪਟਾਕੇ ਪਟੁੱਕੇ ਜੋਗੇ ਛੱਡ ਦਿਓ ਮੌਕੇ ਤੇ ਹੋਰ ਹਰਪ੍ਰੀਤ ਜੀ 45 ਜੋ ਵੀ ਮਾਨਤਾ ਆਣਾ ਇਹ ਕਿਹੜੀ ਗੱਲ ਆ ਠੀਕ ਆ ਜੀ ਹਾਂਜੀ ਤੇ ਹੋਲਾ ਭਾ ਵੀ ਹੈਗਾ ਜੀ ਕੋਈ ਅੱਜ ਹਰਪ੍ਰੀਤ ਜੀ ਹਰੇਕ ਨਸਲ ਰੱਖੀ ਆ ਅੱਛਾ ਹਰ ਕੋਈ ਵੈਰਾਈਟੀ ਲੱਖ ਵਾਲਾ ਵੀ ਮਿਲੂਗਾ ਤੇ ਛੋਟਾ ਭਾ ਵੀ ਮਿਲੂਗਾ ਛੋਟਾ ਵੀ 4-5 ਦਿਨ ਹੋ ਗਏ ਆ ਵੈੜ ਨੂੰ ਸੂਈ ਨੂੰ ਤੇ ਮਗਰ ਕੀ ਜੇ ਵਛਾ ਜੋ ਅੱਛਾ ਮਗਰ ਵਛਾ ਹੈ ਹਰਪ੍ਰੀਤ ਜੀ ਬਰੀਡ ਫੋਲਿਆ ਹਾਂ ਦੇਖ ਸਕਦੇ ਜੀ ਕੋਈ ਕਮੀ ਨਹੀਂ ਆ ਵੈੜ ਦੇ ਵਿੱਚ ਠੀਕ ਹੈ ਜੀ ਚੰਗੀ ਨਸਲ ਆ ਚੰਗੀ ਯਾਦ ਆ ਪਰ ਥੋੜੀ ਜੀ ਸਾਂਭੀ ਨਹੀਂ ਸਾਂਭੀ ਘੱਟ ਆ ਨਾ ਕਿਸੇ ਨੇ ਸਾਂਭੀ ਘੱਟ ਆ ਹਾਂਜੀ ਪਰ ਵੈੜ 2 ਦਿਨ ਹੋ ਗਏ ਮੇਰੇ ਕੋ ਹਾਂਜੀ ਹਰਪ੍ਰੀਤ ਜੀ 10-11 ਲੀਟਰ ਦੁੱਧ ਤਿਆਰ ਆ ਅੱਛਾ ਆ ਭਾਵੇਂ ਇਦਾਂ ਹੀ ਬਹਿ ਜਾਓ 10-11 ਲੀਟਰ ਦੁੱਧ ਤਿਆਰ ਆ ਇਹ ਵੀ ਤੇਰੀ ਆ ਜਿਹੜੇ ਹਾਂਜੀ ਤੇ ਥਣ ਬੜਾ ਕਮਾਲ ਦਾ ਜਿਹੜਾ ਇਹਦਾ ਵੀ ਹਰਪ੍ਰੀਤ ਜੀ 10-11 ਲੀਟਰ ਦੁੱਧ ਤਿਆਰ ਆ ਜਿੱਦਾਂ ਮਰਜ਼ੀ ਬਹਿ ਜਾਓ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਹਰਪ੍ਰੀਤ ਜੀ ਪਿੱਛੋਂ ਤਾਂ ਹੀ ਭੁੱਖੇ ਘਰੋਂ ਠੀਕ ਆ ਤਾਂ ਜੇ ਕੋਈ ਵੀਰ ਲੈ ਗਿਆ ਨਾ ਚੰਗਾ ਹਾਂਜੀ ਤੇ ਵੈੜ 18 ਲੀਟਰ ਦੁੱਧ ਚਵਾ ਜੂ ਅੱਛਾ ਨਹੀਂ ਤਾਂ 15 ਲੀਟਰ ਇਹਨੂੰ ਕੁਛ ਵੀ ਨਹੀਂ ਆਂਦਾ ਅੱਛਾ ਪੱਠਿਆਂ ਦੇ ਚਵਾ ਦੂ ਠੀਕ ਆ ਜੀ ਹਾਂ ਕਿਉਂਕਿ ਕੱਦ ਪੂਰਾ ਸਾਰਾ ਕੁਝ ਪੂਰਾ ਸਿਰਫ ਸੇਵਾ ਤੋਂ ਵਾਂਝੀ ਆ ਹਾਂਜੀ ਹਾਂਜੀ ਰਮਾਨ ਪਰ ਹੁਣ 10-11 ਲੀਟਰ ਤਿਆਰ ਜੇ ਬਿਲਕੁਲ ਹਰਪ੍ਰੀਤ ਜੀ 10 ਲੀਟਰ ਦੀ ਕੋਰੇ ਕਾਗਜ਼ ਤੇ ਗਾਰੰਟੀ ਦੇ ਦਾਂਗਾ ਮੈਂ ਅੱਛਾ ਹਾਂਜੀ ਤਿਆਰ ਦੁੱਧ ਆ ਤੇ ਸੋਈ ਨੂੰ ਕਿੰਨੇ ਦਿਨ ਹੋਏ ਜੀ ਵੀਰ ਜੀ ਹਫ਼ਤਿਓਂ ਅੰਦਰ ਹੀ 4 ਹੋ ਜਣ 5 ਹੋ ਜਣ ਹਫ਼ਤਾ ਹੀ ਲਾ ਲੋ ਬੱਚਾ ਜਿਹੜਾ ਦਾ ਹਫ਼ਤਾ ਗਣਾ ਤੇ ਬੜਾ ਦਿਨ ਹੋ ਜਾਂਦੇ ਆ ਹਾਂਜੀ ਹਾਂਜੀ ਲਿਆ ਫਿਰ ਤੋਰੋ ਹਿੰਨੋ ਮੈਂ ਬਾਕੀ ਆ ਦੇਖ ਸਕਦੇ ਜੀ ਬਾਕੀ ਜਿਹੜਾ ਕੋ ਵੀਰ ਸੰਭਣ ਵਾਲਾ ਲੈ ਜਾਊਗਾ ਕੱਦ ਕਾਠੇ ਦਾ ਜਿਹੜਾ ਪੂਰਾ ਚੰਗੀਆਂ ਵੱਡੀਆਂ ਗਾਵਾਂ ਵਰਗਾ ਹੀ ਆ ਸਰੀਰੋਂ ਲਿੱਸੀ ਆ ਜਿਹੜੀ ਇੱਕ ਲੱਪਾ ਵੀ ਆ ਬੱਚਾ ਵੀ ਥੋੜਾ ਵੱਡਾ ਦਿੱਤਾ ਵਾ ਇਹਨੇ ਤੇ
ਬਾਕੀ ਇਹ ਆ ਤੇ ਜੇ ਕੋਈ ਸਾਂ ਵਾਲਾ ਲੈ ਗਿਆ ਨਾ ਹਾਂਜੀ ਗਾਂ 50,000 ਦੀ ਆ ਅੱਛਾ ਪਰ ਅੱਜ ਤਾਂ ਦੇ ਦੇਣੀ ਆ ਮੁਕਤੀ ਤੇ ਅੱਛਾ ਹਾਂ ਅੱਜ ਤਾਂ ਮੁਕਤੀ ਦੇ ਦੇਣੀ ਯਾਰ ਚਲੋ ਕੋਈ ਨਹੀਂ ਪੁੱਛਦੇ ਇਹਦਾ ਵੀ ਰੇਟ ਦੀਵਾਲੀ ਦਈ ਆ ਉਹਨੇ ਦਾ ਵੀ ਜਾਇਜ਼ਾ ਕਰਾ ਦਿੰਨੀ ਆ बाकी थाने देख करी फिर तो देख सकते जे काफी कमाल दा थाना बच्चे नु नचे हर बिजी ठंडी ठंडी बड़ी है कोई वंगा नहीं कोई कोई गल नहीं कोई बात नहीं कोई वंगा पाउन दी लोड़ नहीं करिए जे आज इदा ही थापे बस किन्ने दी तुसी आखोगे दे देनी यार फ्रिज ये कड़ी गल है जे आज के 30,000 दी दे दांगे अच्छा 30,000 दी 30 पर दे देनी है अच्छा 30,000 दी 30,000 दी 30,000 वालियां मिल जापियां ਤੁਹਾਡੇ ਕੋਲ ਬੱਲੇ ਬੱਲੇ ਹੋ ਜਾਣੀ ਹੈ ਤੇ ਕਿਹਨੂੰ ਨਾਰਾਜ਼ ਥੋੜਾ ਕਰਨਾ ਅੱਛਾ ਹਾਂਜੀ ਦੀਵਾਲੀ ਦਈ ਆਉਣ ਫਿਰ ਦੀਵਾਲੀ ਆਉਂਦੀ ਹੈ ਨਾਲੇ ਸਾਰੇ ਥੋੜਾ ਲੱਖ ਖਰਚਣ ਵਾਲੇ ਯਾਰ ਫ੍ਰਿਜ ਹਾਂਜੀ ਹਾਂਜੀ ਠੀਕ ਹੈ ਨਾ ਕਈ ਵਿੱਚ ਕਈ ਵੀਰ ਤੇ 30,000 ਵੀ ਨਹੀਂ ਖਰਚਣਾ ਮੈਂ ਬੜੇ ਭੈਣ ਭਰਾ ਫੋਨ ਕਰਦੇ ਆ ਅੱਛਾ ਤੇ ਬੜਾ ਉਹਨਾਂ ਦਾ ਮਾਣ ਸਤਿਕਾਰ ਕਰੀਦਾ ਅੱਛਾ ਜਿੰਨੇ ਜੋਗੇ ਹੈਗੇ ਆ ਅੱਛਾ ਤੇ ਉਹ ਕਰਦੇ ਹੁੰਦੇ ਆ ਵੀਰ ਜੀ ਤੇ ਕੋਈ ਸਾਨੂੰ ਵੀ ਥੋੜੀ ਜੀ ਸਸਤੀ ਲਵੇ ਜੀ ਲੈਣੀ ਤੁਹਾਡੇ ਕੋਲ ਆ ਅੱਛਾ ਸਸਤੇ ਭਾਅ ਦੀ ਲਿਆ ਕੇ ਦਿਓ ਠੀਕ ਹੈ ਮੈਂ ਚੱਲ ਕੋਈ ਨਹੀਂ ਲਿਆ ਦਾਂਗੇ ਯਾਰ ਕਰੀਏ ਹੋਰ ਸਸਤਾ ਕਰ ਦਈਏ ਕਿੰਨਾ ਕਰੀਏ ਯਾਰ ਫ੍ਰਿਜ ਜੀ ਕਰ ਦਈਏ ਜਾ ਜੀ 27 ਦੀ ਦੇ ਦਾਂਗੇ ਇੱਕੋ ਹੀ ਪੱਕੀ ਗੱਲ ਕਰ ਦਈਏ ਕਰੋ ਕਰ ਦੋ ਯਾਰ ਫ੍ਰਿਜ ਜੀ ਤੁਹਾਨੂੰ ਥੋੜਾ ਬਿਲਕੁਲ ਜਾ ਜੀ ਕੋਈ ਨਹੀਂ ਪੂਰੇ 25 ਦੀ ਦੇ ਦਾਂਗੇ ਯਾਰ ਫ੍ਰਿਜ ਜੀ 100 ਰੁਪਈਆ ਛੱਡੂ 25,000 ਚੋਂ ਅੱਛਾ ਪਰ 10 ਲੀਟਰ ਵਾਲੀ ਅੱਛਾ ਨਾ 25 ਦੀ ਆਉਣੀ ਤੇ ਨਾ ਕਿਸੇ ਨੇ ਦੇਣੀ ਠੀਕ ਆ ਪਰ ਚਵਾ ਕੇ ਦਊਂ ਦੁੱਧ 10 ਲੀਟਰ ਕੰਡੇ ਦੇ ਚੜਾ ਕੇ ਠੀਕ ਆ ਜੀ ਹਾਂਜੀ 25,000 ਦੀ ਫ੍ਰਿਜ ਨੇ ਕਹਿੰਦੇ ਕਿ ਦੇ ਦੇਾਂਗੇ ਹੁਣ ਇੱਕ ਐਂਡ ਤੇ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦਈਏ ਹਾਂ ਦੇਖ ਸਕਦੇ ਜੀ ਤੇ ਦੱਸਿਓ ਵੀ ਜੀ ਇਹਦੇ ਬਾਰੇ ਹਰ ਬਰੀ ਜੀ ਫੁੱਲ ਬਰੀਡ ਦੇ ਵਿੱਚ ਵੈੜ ਆ ਹਾਂਜੀ ਹਾਂਜੀ ਠੀਕ ਆ ਦੂਜਾ ਸੁਬਾ ਸੁਣੀ ਆ ਤਾਂ ਵੇਖੋ ਵੇਖੋ ਬੋਦੀ ਵਾਲੀ ਗਾਂ ਠੀਕ ਆ ਜੀ ਠੀਕ ਆ ਇਹਨੂੰ ਫੁੱਲ ਬਰੀਡ ਆਂਦੇ ਉਹ ਆ ਠੀਕ ਆ ਹਾਂਜੀ ਤੇ ਇਹ ਕਿੰਨਾ ਦੋ ਚਵਾਈ ਜਾਊਗੀ ਹਰ ਬਰੀ ਜੀ ਇਹੋ ਜੀਆਂ ਵੈੜਾਂ ਨੂੰ 20-20 ਲੀਟਰ ਕੀ ਆਂਦਾ ਅੱਛਾ ਮੌਸਮ ਚੰਗਾ ਸਿਆਲ ਆ ਠੀਕ ਆ ਟਿਕਾਣੇ ਤੇ ਸੌਣਾ ਇਹਨੇ 5-4 ਦਿਨ ਜੇ ਲੈ ਜਾਣੇ ਆ ਠੀਕ ਆ ਸਾਰਾ ਸਿਆਲ 20 ਲੀਟਰ ਦੁੱਧ ਚਵਾਉਣਾ ਵੈੜ ਨੇ ਲਿਆਓ ਫਿਰ ਤੋਰ ਦੇ ਇੰਨੀ ਵੈੜ ਕਿੱਥੇ ਲੱਭਦੀ ਆ ਝੋਟੀ ਦੀ ਵੈੜ ਆ ਬਾਕੀ ਕੱਦ ਕੱਟ ਚੰਗਾ ਵਾ ਭਾਰੇ ਪੱਲੇ ਦੀ ਵੈੜ ਹੈ ਜਿਹੜੀ ਇਹ ਵੀ ਅਜੇ ਸੌਣ ਚ ਟਾਈਮ ਜਿਹੜਾ ਥੋੜਾ ਖੜਤੀ ਆ ਹਫਤੇ ਦੇ ਕਰੀਬ ਜਿਹੜਾ ਸੁੱਕੂਗੀ ਤੇ ਹਵਾਨਾ ਜਿਹੜਾ ਚੰਗਾ ਭਰੂਗੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਅੱਖੀ ਵੇਖ ਚਾ ਕੇ ਪਸ਼ੂ ਖੜਿਆ ਕਰੋ ਕਿਤੇ ਉਵੇਂ ਜਿੱਥੋਂ ਵੀ ਲੈਣੇ ਬੰਦ ਵੀ ਜੀ ਜੀ बड़ी ढेलिया वैड फुट फुट जो ढेलिया फुट फुट ढेलिया वैड थोड़े जो कैमरे करके डर जाती है मुल दस दी आप ਹਰਪ੍ਰੀਤ ਜੀ ਜਿੰਨੇ ਦੀ ਤੁਸੀਂ ਆਪੋ ਵੀ ਦੇ ਦਾਂਗੇ ਇਹ ਵੀ ਜਾਇਜ਼ ਹੀ ਕਰਦੀ ਹੈ ਫਿਰ ਹਰਪ੍ਰੀਤ ਜੀ ਅਸਲ ਦੇ ਵਿੱਚ ਹਾਂਜੀ ਜੇ ਮੈਂ ਸਚਾਈ ਬੋਲਾਂ ਨਾ ਸਚਾਈ 100 ਤੋਂ 100% ਹਾਂਜੀ 65,000 ਦੀ ਵੈੜ ਵਿਕਣੀ ਆ ਅੱਛਾ ਵਾਹ ਕੇ 65,000 ਦੀ ਠੀਕ ਆ ਪਰ ਅੱਜ ਦੇ ਦੇਣੀ ਆ ਮਾਰਕੀਟ ਦੇ ਨਾਲੋਂ 10-15,000 ਰਾਤ ਦੇ ਦਾਂਗਾ ਕਿੰਨੇ ਦੀ ਹੁੰਦੀਆਂ ਨਹੀਂ ਪਰ ਦੇਣੀਆਂ ਅੱਜ ਅੱਛਾ ਹਾਂਜੀ ਕਿੰਨੇ ਦੀ ਦੇ ਦੋਗੇ ਹਰਪ੍ਰੀਤ ਜੀ 55,000 ਦੀ ਵੈੜ ਰਸਾ ਫੜਾ ਦੇਾਂਗੇ ਦੇ ਦੇਾਂਗੇ ਅੱਛਾ ਹਾਂਜੀ 55,000 ਦੀ ਦੇ ਦੇਾਂਗੇ ਯਾਰ ਫਰੀ ਜੀ ਹੁਣ ਇਹ ਤਾਂ ਤੁਸੀਂ ਮਾਰਕੀਟ ਨੂੰ 15,000 ਕਹਿੰਦੇ ਘਰ 65,000 ਰੱਖਿਆ ਸੀ ਮੈਂ ਤੇ ਇਧਰ ਆ ਤੇ 55 ਹੀ ਬਣਿਆ ਜੇ ਤੁਹਾਡਾ ਭਲਾ ਹੋਵੇ ਤੇ ਫਿਰ ਕੀ ਹੋ ਗਿਆ 55 ਕਰ ਦਾਂਗੇ ਨਹੀਂ ਨਹੀਂ ਫਿਰ ਪੂਰਾ ਹੀ ਉਹੀ ਕਰੀਏ ਫਿਰ 50,000 ਦੀ ਦੇ ਦੇਾਂਗੇ ਯਾਰ ਫਰੀ ਜੀ ਜੇ ਨਿਕਲ ਗਿਆ ਮੂੰਹੋਂ ਤਾਂ ਨਿਕਲ ਗਿਆ ਇਹ ਕਿਹੜੀ ਗੱਲ ਆ ਅੱਛਾ 50,000 ਦੀ ਵੈੜ ਦੇ ਦੇਾਂਗੇ ਠੀਕ ਆ ਜੀ ਹਾਂਜੀ ਚਲੋ ਮੌਕੇ ਤੇ ਹੋਰ ਕਰ ਦਿਓ ਕੋਈ ਪਟਾਕੇ ਪਟੋਕੇ ਜੋਗਾਂ ਛੱਡ ਦਿਓ ਨਿਆਣੇ ਵੀ ਕੁਝ ਕਰ ਦਿਓ ਕਿਤੇ 50,000 ਚੋਂ ਵੀ ਆਏ ਗਏ ਦਾ ਫੁੱਲ ਮਾਣ ਤਾਂ ਹੋਊ ਫੁੱਲ ਅੱਛਾ ਕਰ ਦਿਆਂਗੇ ਪਰ ਵੈੜ ਦਾ ਅਸਲ ਹੱਕ 65,000 ਆ ਠੀਕ ਆ ਜੀ ਪਰ 50,000 ਚੋਂ ਵੀ ਮਾਣ ਤਾਂ ਕਰ ਦਾਂਗੇ ਯਾਰ ਠੀਕ ਆ ਜੀ ਹਾਂਜੀ ਠੀਕ ਆ ਵੀ ਜੀ ਹੋਰ ਕੁਝ ਕਹਿਣਾ ਫਿਰ ਹਰਬ੍ਰੀਤ ਜੀ ਦੋ ਹੀ ਰੇਸੂ ਇਹ ਆਪਣੇ ਕੋ ਅੱਛਾ
ਵੀਰ ਨੇ ਵੀ ਖੜਨੀ ਆ ਤੇ ਵੀਰ ਜੀ ਤੁਸੀਂ ਖਰਚਨੇ ਪੈਸੇ। ਹਾਂਜੀ ਹਾਂਜੀ ਤੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ, ਠੀਕ ਹੈ ਜੀ, ਕਿਉਂਕਿ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹਰਪ੍ਰੀਤ ਜੀ। ਹਾਂਜੀ ਹਾਂਜੀ ਸਾਡੇ ਕੋਲ ਤਸੱਲੀ ਕਰਕੇ ਖੜਨੀ ਤੁਸੀਂ, ਪੈਸੇ ਖਰਚਨੇ ਤੁਹਾਡਾ ਹੱਕ ਆ। ਹਾਂਜੀ ਹਾਂਜੀ ਮੈਂ ਹਰਿਆਣੇ ਗਿਆ ਤਾਂ ਹਰਪ੍ਰੀਤ ਜੀ, ਦੋ ਰਾਤਾਂ ਲੱਗੀਆਂ ਸੀ ਮੈਨੂੰ, ਠੀਕ ਹੈ ਜੀ, ਤੇ ਮੈਂ ਪੈਸੇ ਦੇਣੇ ਸੀ ਪਰ ਮੈਂ ਉਸੇ ਤਸੱਲੀ ਕਰਕੇ ਲਿਆਂਦੇ ਜਾਵਾਂਗਾ, ਠੀਕ ਹੈ ਜੀ, ਠੀਕ ਆ, ਇਹ ਗਾਹਕ ਦੀ ਜ਼ਿੰਮੇਵਾਰੀ ਬਣਦੀ ਆ, ਗਾਹਕ ਦੀ ਜ਼ਿੰਮੇਵਾਰੀ ਬਣਦੀ ਆ ਆਪਣੀ ਤਸੱਲੀ, ਆਪਣੀਆਂ ਪਾਸ ਕਰਕੇ ਖੜਨਾ। ਹਾਂਜੀ ਹਾਂਜੀ ਬਾਕੀ ਵਾਹਿਗੁਰੂ ਨੂੰ ਜੋ ਚੰਗਾ ਲੱਗਦਾ ਹੋਣਾ ਉਹ ਹੀ ਹਰਪ੍ਰੀਤ, ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਸ ਤਰ੍ਹਾਂ ਕਿ ਵੀਰ ਜੀ ਉਹਨਾਂ ਨੇ ਕਿਹਾ ਹੈ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਚ ਚਾਕ ਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।